ਪਿੰਡ ਰੀਮਾਬਾਦ ਪਹੁੰਚੇ ਹਲਕਾ ਡੇਰਾ ਬਾਬਾ ਨਾਨਕ ਦੇ, ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦਾ ਬੂਥ ਇੱਥੇ ਲੱਗਾ ਅਤੇ ਉਹ ਆਪਣੇ ਸਮਰਥਕਾਂ ਨਾਲ ਇੱਥੇ ਵੋਟਰਾਂ ਨੂੰ ਜਿਹੜਾ ਵਾ BJP ਵੱਲੋਂ ਸਪੋਰਟ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ BJP ਨੂੰ ਇੱਥੋਂ ਵੋਟ ਪਾਓ। ਗੱਲਬਾਤ ਕਰਦੇ ਹਾਂ ਆਪਣਾ ਕੀ ਨਾਂ ਜੀ? ਆਪਣਾ ਗੁਰਦੇਵ ਸਿੰਘ। ਗੁਰਦੇਵ ਸਿੰਘ ਜੀ, ਤੁਹਾਡਾ BJP ਵੱਲੋਂ ਬੂਥ ਲੱਗਾ ਵਾ, ਕਿਸ ਤਰ੍ਹਾਂ ਦਾ ਅੱਜ ਮੁਕਾਬਲਾ ਚੱਲਿਆ ਇੱਥੇ ਪਿੰਡ ਰੀਮਾਬਾਦ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿੰਡ ਰਹੀਮਾਬਾਦ 'ਚ BJP ਵਾਲੇ ਸੱਜਣਾਂ ਨੇ ਬੜਾ ਸੰਯੋਗ ਦਿੱਤਾ ਅਤੇ ਵੱਧ ਚੜ੍ਹ ਕੇ ਵੋਟਾਂ ਪਾਈਆਂ ਨੇ। ਬੜਾ ਸ਼ਾਂਤਮਈ ਪ੍ਰੋਗਰਾਮ ਰਿਹਾ। ਕੁਝ ਕੁ ਇੱਥੇ ਇੱਕਾ ਦੁੱਕਾ ਘਟਨਾ ਵਾਪਰੀ ਹੈ। ਕੀ ਘਟਨਾ ਹੋਈ ਸਾਨੂੰ ਤਾਂ ਪਤਾ ਨਹੀਂ। ਅਸੀਂ ਤਾਂ ਆਪਣੇ ਬੂਥ 'ਤੇ ਬੈਠੇ ਹਾਂ ਤੇ ਕਾਂਗਰਸੀਆਂ ਦਾ ਤੇ ਆਮ ਪਾਰਟੀ ਦਾ ਹੋਇਆ ਆਪੋ ਤੋਂ ਤਕਰਾਰ ਹੋਇਆ। ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਰੀਮਾਬਾਦ 'ਚ ਕਿਹਦਾ ਜ਼ੋਰ ਹੈ? ਰੀਮਾਬਾਦ 'ਚ ਤਿੰਨੇ ਪਾਰਟੀਆਂ ਬਰਾਬਰ ਹੀ ਹੋਣਗੀਆਂ। ਤਿੰਨਾਂ ਪਾਰਟੀਆਂ ਕਿੰਨੀ ਵੋਟ ਹੈ ਰੀਮਾਬਾਦ? ਵੋਟ ਰੀਮਾਬਾਦ ਦੇ ਨਾਲ ਦਾਲਤਪੁਰ ਆ ਤੇ ਇੱਕ ਹਰੀਮਾਬਾਦ ਆ, ਇੱਕ ਪੱਤੀ ਹਰੀਮਾਬਾਦ ਆ। ਰੀਮਾਬਾਦ ਜਿਹੜੀ ਹੈ ਇਹਦੀ ਵੋਟ ਕਿੰਨੀ ਆ? ਅੱਛਾ, ਇਕੱਠੀਆਂ ਵੋਟਾਂ? ਇਕੱਠੀ ਆ, ਬੂਥ ਦੋ ਬੂਥ ਨੇ। ਇੱਕ ਬੂਥ 'ਚ ਹਰੀਮਾਬਾਦ ਆ ਅਤੇ ਦੂਜੇ ਬੂਥ 'ਚ ਹਰੀਮਾਬਾਦ ਪੱਤੀ ਅਤੇ ਦਾਲਤਪੁਰ ਪੱਤੀ ਦੋ ਨੇ। ਅਤੇ ਵਧੀਆ ਲੋਕਾਂ ਦਾ ਰਿਸਪੋਂਸ ਮਿਲਿਆ, ਬੜੀ ਵਧੀਆ ਇਲੈਕਸ਼ਨ ਹੋਈ ਹੈ, ਅਮਨ ਸ਼ਾਂਤੀ ਨਾਲ ਹੋਈ ਹੈ। ਕੋਈ ਥੋੜ੍ਹਾ ਬਹੁਤਾ ਕਿੰਨੀਆਂ ਕੁ ਵੋਟਾਂ ਖੜੇਗੀ BJP ਹਰੀਮਾਬਾਦ? BJP ਵੋਟਾਂ ਖੜੇਗੀ ਜੀ ਇੱਥੋਂ 350-350 ਦੇ ਕਰੀਬ। ਹਾਂਜੀ, ਕਿਸ ਤਰ੍ਹਾਂ ਦਾ ਮਾਹੌਲ ਹੈ ਜੀ? ਬਹੁਤ ਵਧੀਆ ਜੀ। ਹਾਂਜੀ, ਕਿਤਨਾ ਦਾ ਰਿਹਾ ਰੁਝਾਨ? ਠੀਕ ਠਾਕ ਜੀ, ਬਹੁਤ ਵਧੀਆ ਰਿਹਾ, ਬਹੁਤ ਵਧੀਆ, ਬਹੁਤ ਵਧੀਆ ਰਿਹਾ। ਮਾਹੌਲ ਭਾਅ ਜੀ ਬਿਲਕੁਲ ਵਧੀਆ, ਠੀਕ ਠਾਕ, ਅਮਨ ਮਾਨ ਨਾਲ ਇਲੈਕਸ਼ਨ ਹੋਣ ਡਈ ਹੈ, ਕੋਈ ਤੰਗੀ ਵਾਲੀ ਗੱਲ ਨਹੀਂ। ਕਿੰਨੀ ਵੋਟ ਆ ਇੱਥੇ? ਕਹਿੰਦੇ ਦੋ ਬੂਥ ਨੇ, ਤਿੰਨ ਜਿਹੜੇ ਪਿੰਡ ਨੇ ਬਦਲਾ ਕੇ, ਕਿੰਨੀਆਂ ਵੋਟਾਂ ਸਾਰੀਆਂ ਕੁੱਲ ਮਿਲਾ ਕੇ? 800 ਵੋਟ ਇੱਥੇ ਪੋਲ ਹੁੰਦੀ ਹੈ ਹਰ ਇਲੈਕਸ਼ਨ ਦੇ ਵਿੱਚ। ਅੱਜ ਪਤਾ ਨਹੀਂ ਹੁਣ ਰਿਜ਼ਲਟ ਨਿਕਲਦਾ ਕਿੰਨੀ ਹੁੰਦੀ ਹੈ ਪੋਲ। ਆਮ ਆਦਮੀ ਦਾ ਮੁਕਾਬਲਾ ਕਿਸ ਤਰ੍ਹਾਂ? ਆਮ ਆਦਮੀ ਮਾਲ ਚੜ੍ਹਦੀ ਕਲਾ ਜੀ, ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੀ ਮੁਕਾਬਲਾ। BJP ਦਾ ਵੀ ਬੂਥ ਤੁਸੀਂ ਵੇਖ ਲਓ, ਆਮ ਪਾਰਟੀ ਦਾ ਬੂਥ ਵੇਖ ਲਓ ਤੇ ਕਾਂਗਰਸ ਦਾ ਬੂਥ ਵੇਖ ਲਓ, ਉੱਥੇ ਬੰਦਾ ਨਹੀਂ ਤੁਹਾਨੂੰ ਲੱਭਣ ਲੱਗਾ ਜੀ ਉਧਰ ਮਾਰੋ ਝਾਤੀ। BJP ਦਾ ਵੀ ਬੂਥ ਲੱਗਾ? BJP ਦਾ ਬੂਥ ਉਹ ਤੇ ਐਵੇਂ ਨਾ ਹੋਇਆ ਜੀ, ਉਹ ਤਾਂ ਝੰਡਾ ਛੁੰਡਾ ਲਾ ਹੜਿਆ ਬੂਥ ਦਾ। BJP ਦਾ ਉਹਦਾ ਝੰਡਾ ਬੰਨ ਗਿਆ ਕੋਈ, ਤੇ ਆਮ ਪਾਰਟੀ ਦਾ ਬੂਥ ਵੇਖੋ ਤੇ ਕਾਂਗਰਸ ਦਾ ਬੂਥ ਵੇਖੋ, ਪਰਲੇ ਪਾਸੇ ਲੱਗਾ ਜੇ, ਉੱਥੇ ਤੁਹਾਨੂੰ ਕੋਈ ਬੰਦਾ ਨਹੀਂ, ਬੰਦਾ ਨਹੀਂ ਲੱਭਣ ਦਿਆ। ਆਮ ਆਦਮੀ ਪਾਰਟੀ ਇੱਥੋਂ ਕਿੰਨੀ ਦੇ ਲੀਡ ਕਰੇ? ਇੱਥੋਂ ਆਮ ਪਾਰਟੀ ਘੱਟ ਤੋਂ ਘੱਟ ਹੈ, ਜਿਹੜਾ ਹਲਕਾ ਜਿਹੜਾ ਵੀ 30-40,000 ਵੋਟ ਦੇ ਨਾਲ ਗੁਰਦੀਪ ਸਿੰਘ ਦਾ ਵੱਜ ਤੇ। ਹਰੀਮਾਬਾਦ ਦੀ ਗੱਲ ਕਰਦੇ, ਹਰਨੀਬਾ ਬਾਦ ਵੀ ਇੱਥੋਂ ਘੱਟ ਤੋਂ ਘੱਟ ਵੀ 200-250-300 ਵੋਟ ਦੇ ਅੱਗੇ ਜਾਏਗਾ ਜੀ। ਇਹ ਜਿਹੜਾ ਵਾ ਸਵੇਰੇ ਜਿਹੜਾ ਮਾਹੌਲ ਥੋੜ੍ਹਾ ਬਹੁਤਾ ਵਿਗੜਿਆ ਸੀ, ਕੀ ਕਾਰਨ ਹੋਇਆ? ਸਵੇਰੇ ਥੋੜ੍ਹਾ ਬਹੁਤਾ ਅੰਦਰ ਮੁੜਿਆ, ਬਹਿਣ ਬਹਿਣ ਤੋਂ ਹੋਇਆ ਵੀ ਉਹ ਕਹਿੰਦਾ ਮੈਂ ਬਹਿਣਾ ਤੋਂ ਮੇਰੀ ਵੋਟ ਤੋਂ ਮੇਰੀ ਵੋਟ, ਵੋਟ ਤੋਂ ਵਿਗੜਦਾ ਵਿਗੜਦਾ ਕੰਮ ਬਾਹਰ ਆ ਗਿਆ ਵਾ। ਅਤੇ ਬਾਹਰ ਜਦੋਂ ਆਇਆ ਬਥੇਰੇ ਬੰਦੇ ਨੇ ਘਰੋਂ ਆਣ ਕੇ ਸੁੱਟਾ ਲਾ ਕੇ ਤੇ ਬੰਦੇ 'ਤੇ ਵਾਰ ਕੀਤਾ ਵਾ, ਅਤੇ ਬੰਦਾ ਘਬਰਾਟਿਆ ਵੀ ਮੈਨੂੰ ਵੋਟ ਨਹੀਂ ਪੈਣ ਦੀ, ਜੋ ਨਹੀਂ ਵੋਟ ਪੈਂਦੀ ਫਿਰ ਲੋਕਾਂ ਦੇ ਡਾਂਗ ਸੋਟੇ ਮਾਰਨ ਦੀ, ਕਾਂਗਰਸ ਹੋ ਰਹੇ ਨਾਲ ਹੱਥ ਪੈਰ ਮਾਰਨ ਦੇ ਨੇ, ਪੱਲੇ ਕੁਛ ਨਹੀਂ ਗਾ ਜੀ। ਠੀਕ, ਹਾਂਜੀ, ਆਹ ਗੱਲ ਜੀ। ਠੀਕ ਹੈ, ਆਮ ਆਦਮੀ ਪਾਰਟੀ ਅਤੇ ਬੂਥ 'ਤੇ ਬੈਠੇ ਵਰਕਰ ਪਿੰਡ ਰੀਮਾਬਾਦ ਤੋਂ, ਜਿਨ੍ਹਾਂ ਦਾ ਕਹਿਣਾ ਕਿ ਉਹ ਪਿੰਡ ਰੀਮਾਬਾਦ ਤੋਂ ਵੱਡੀ ਲੀਡ ਨਾਲ BJP ਅਤੇ ਕਾਂਗਰਸ ਨੂੰ ਮਾਤ ਦੇਣਗੇ ਅਤੇ 250-300 ਤੋਂ ਵੱਧ ਵੋਟਾਂ ਨਾਲ ਇੱਥੋਂ ਜਿੱਤਣਗੇ। ਰੀਮਾਬਾਦ 'ਚ ਜੋ ਕਾਂਗਰਸ ਦਾ ਬੂਥ ਹੈ, ਇੱਥੇ ਕਾਂਗਰਸ ਦੇ ਜਿਹੜੇ ਆਗੂ ਵਰਕਰ ਨੇ ਇੱਥੇ ਇਕੱਠੇ ਹੋਏ ਨੇ, ਗੱਲਬਾਤ ਕਰਦੇ ਹਾਂ। ਹਾਂਜੀ, ਕਿਸ ਤਰ੍ਹਾਂ ਦਾ ਅੱਜ ਮਾਹੌਲ ਰਿਹਾ ਜੀ?
ਬੀਜੇਪੀ ਵਾਲੇ ਤੁਹਾਡੇ ਪਿੰਡਾਂ ਦੇ ਅਸੀਂ ਜਿੱਤਣ ਡੇ ਆ, ਆਮ ਆਦਮੀ ਵਾਲੇ ਆਪ ਵਾਲਿਆਂ ਦੇ ਜਿੱਤਣ ਡੇ ਆ, ਅਸੀਂ ਨੀ ਕਹਿੰਦੇ ਉਹ ਅਸੀਂ ਕਿਸੇ ਦੀ ਬਰਖਿਲਾਫੀ ਨੀ ਕਰਦੇ, ਜਿੱਤਣ ਠੀਕ ਆ ਜਿੱਤਣ, ਪਰ ਅਸੀਂ ਕਾਂਗਰਸ ਕਾਂਗਰਸ ਨੇ ਕੰਮ ਕੀਤੇ ਆ ਜੀ, ਤੇ ਪਿਛਲੇ 2.5 ਸਾਲ ਆਮ ਆਦਮੀ ਦੇ ਵੀ ਕੱਖ ਨੀ ਹੋਇਆ ਜੀ, ਕੱਖ ਵੀ ਨਹੀਂ ਆਮ ਆਦਮੀ ਹੰਡਾ ਸਾਨੂੰ, ਆਮ ਆਦਮੀ ਸਾਨੂੰ ਜੀ ਇੱਕ ਵੀ ਕੰਮ ਦੱਸਣਾ ਆਮ ਆਦਮੀ ਤੇ ਆ ਕੀਤਾ ਵਾ ਕੱਖ ਨੇ ਕਾਂਗਰਸ ਦੀ ਵੱਡੀ ਜਿੱਤ ਹੋਵੇਗੀ।